ਫਿਟ ਪਰਸਨ ਚਾਹੀਦਾ ਪ੍ਰਿੰਸੀਪਲ ਆਫ ਕਾਰੀਅਰ ਮੈਂ ਵਕੀਲ ਹਾਂ ਮੈਂ ਇਸ ਕੇਸ ਦੇ ਵਿੱਚ ਫੁੱਲ ਅਖੀਰ ਤੱਕ ਮੁਫਤ ਕਾਨੂੰਨੀ ਕਾਰਵਾਈ ਕਰਾਂਗੀ ਆਪਣੀ ਨਵੀਂ ਪਾਕਿਸਤਾਨ ਸਰਕਾਰ ਵਾਸਤੇ ਆਪਣੇ ਕਰਾਉਣ ਵਾਸਤੇ ਤੇ ਹੀ ਆਪ ਦਾ ਕਰਨਾ ਸੀ ਹਰ ਜਗ੍ਹਾ ਤੇ ਮੈਂ ਹਾਜ਼ਰ ਹਾਂ ਹਰ ਜਗ੍ਹਾ ਤੇ ਮੈਂ ਹਾਜ਼ਰ ਹਾਂ ਬੀਐਨਕੇ ਲਾਇਰ ਮੈਂ ਹਰ ਜਗ੍ਹਾ ਤੇ ਹਾਜ਼ਰ ਹਾਂ ਤੇ ਮੈਂ ਚਾਹੁੰਦੀ ਹਾਂ ਕੁੱਤਿਆਂ ਇਹੋ ਜਿਹਾ ਨਾ ਇਹ ਤਮੀਜ਼ ਆਵੇ ਕਿ ਸ਼ਹੀਦ ਹੋਈ ਚੀਜ਼ ਨੂੰ ਕਿਵੇਂ ਦਫਨ ਕੀਤਾ ਜਾਂਦਾ ਹੈ ਕਿਵੇਂ ਸੰਭਾਲਿਆ ਜਾਂਦਾ ਹੈ ਜਿਵੇਂ ਸ਼ਹੀਦ ਕੀਤਾ ਹੋਇਆ ਬੰਦਾ ਨਹੀਂ ਨਾ ਸੁੱਟਿਆ ਜਾਂਦਾ ਹੈ ਕਿਵੇਂ ਕਿਵੇਂ ਜੀ ਸ਼ਹੀਦ ਹੋਇਆ ਪੁਰਾਣੇ ਪਾਂਗੀਆਂ ਇਸ ਤਰੀਕੇ ਦਾ ਇਸ ਤਰੀਕੇ ਦੀ ਰੂੜੀ ਤੇ ਲਾ ਕੇ ਅੱਗ ਨਹੀਂ ਲਾਈ ਇਹ ਇਸ਼ਤਿਹਾਰ ਜਿਹੜਾ ਆਵਾਮ ਨੇ ਵੇਖ ਕੇ ਖੁਦ ਪੈਦਾ ਹੋ ਗਿਆ ਇਹ ਕੋਈ ਆਪਣੇ ਆਪ ਜਿਹੜਾ ਕੋਈ ਪੈਸੇ ਦੇ ਕੇ ਪੈਦਾ ਨਹੀਂ ਕਰਵਾਉਂਦਾ ਇਹ ਦੀਨੀ ਜਜ਼ਬਾ ਵੇਖ ਕੇ ਹੋ ਜਾਂਦਾ ਹੋ ਜਾਂਦਾ ਸਾੜੀ ਦੀ ਆਈ ਵੀ ਉਹ ਕੰਟਰੀ ਹੈ ਜਿੱਥੇ ਪਾਕਿਸਤਾਨ ਤੇ ਬੁਲਤ ਦੇ ਵਿੱਚ ਅਸੀਂ ਆਨੇ ਬੁੱਤ ਦੀ ਪੂਜਾ ਕਰੋ ਮਰਜ਼ੀ ਨਾਲ ਕਰੋ ਮਰਜ਼ੀ ਵੀ ਇਜ਼ੀ ਰਹਿ ਰਹੇ ਨੇ ਸਹੀ ਇਜ਼ੀ ਰਹਿ ਰਹੇ ਨੇ ਸਾਰੀਆਂ ਕੌਮਾਂ ਇਜ਼ੀ ਰਹਿ ਰਹੀਆਂ ਨੇ ਤੇ ਕੀ ਅਸੀਂ ਆਪਣੀ ਹਸਤੀ ਆਪਣੀ ਅੱਗ ਲਾ ਕੇ ਆਪਣੀ ਅਸੀਂ ਇਹਨਾਂ ਦੇ ਖਿਲਾਫ ਨਹੀਂ ਆਪਣੇ ਇਮਾਨ ਨੂੰ ਕਦਰਸ ਕਰਨ ਸ਼ਹੀਦ ਹੋਈ ਚੀਜ਼ ਨੂੰ ਕਿਵੇਂ ਸੰਭਾਲਣੇ ਇਹ ਇਤਦਾਰੀ ਅਕਲ ਹਰਕਮ ਦਾ ਪ੍ਰਿੰਸੀਪਲ ਪਤਾ ਹੋਣਾ ਚਾਹੀਦਾ ਨੰਬਰ 2 ਇਹ ਸਕੂਲ ਦਾਰੀ ਹਰਕਮ ਦਾ ਨਾਮ ਹੀ ਚੇਂਜ ਕੀਤਾ ਜਾਏ ਜੇ ਇੱਥੇ ਰਹਿਣ ਇਹਨੂੰ ਢਾ ਦੇਣਾ ਫੜ ਕੇ ਦਾਰੀ ਹਰਕਮ ਦਾ ਲਫ਼ਜ਼ ਕਿੱਥੇ ਕਿਹੜਾ ਦਾਰੀ ਹਰਕਮ ਹੁੰਦਾ ਸੀ ਜਿੱਥੇ ਨਵੀਂ ਪਾਕਿਸਤਾਨ ਸਨ ਬਹਿ ਕੇ ਆਪਣਾ ਸਬਕ ਦਿੰਦੇ ਸਨ ਸਾਹਿਬ ਕਰਾਮ ਇਹ ਸਬਕ ਮਿਲ ਰਿਹਾ ਓਏ ਹੋਏ ਹਨੇਰੇ ਦੇ ਵਿੱਚ ਤੁਸੀਂ ਦੱਬੋ ਜਾ ਕੇ ਤੁਸੀਂ ਇਹਨਾਂ ਕੀ ਕੀਤਾ ਜਾਂ ਬਹਿਤੇ ਹੋਏ ਪਾਣੀ ਮੇਂ ਦਰਿਆ ਬੁਰਦ ਕਰਦੇ ਹੋ ਵੀ ਬਹਿਤੇ ਹੋਏ ਪਾਣੀ ਇਹਨਾਂ ਕੀ ਕੀਤਾ ਸਾਹਮਣੇ ਰੂੜੀ ਤੇ ਰੱਖ ਕੇ ਤੇ ਇੰਨੇ ਅਕਰਾਨ ਪਰ ਸਹੀ ਨੁਸਖੇ ਨਾ ਲੱਗ ਲਈ ਪੈਟਰੋਲ ਸਹੀ ਨੁਸਖੇ ਨੇ ਪੈਟਰੋਲ ਜਿੰਦਾ ਇਹ ਨੁਸਖੇ ਨੂੰ ਅੱਗ ਲਾਈ ਇਹ ਇਸਤਿਹਾਲ ਇਹਨਾਂ ਜਾਣ ਕੇ ਪੈਦਾ ਕੀਤਾ ਜੇ ਵੀ ਕਿ ਅਸੀਂ ਇਹ ਕੰਮ ਸਾਨੂੰ ਬਾਰਾ ਕੋਈ ਨਹੀਂ ਬਾਤ ਕੋਈ ਪਲੀ ਲੈ ਲਈ ਜਾਏ ਕਿ ਜੀ ਸ਼ਹੀਦ ਸਨ ਤੁਸੀਂ ਸ਼ਹੀਦ ਹੋ ਗਈਆਂ ਮੁਰਦਾ ਪਰਸਨ ਹੋਵੇ ਮੁਰਦਾ ਜਾਨਵਰ ਬਾਰੇ ਕੀ ਹੁਕਮ ਇਹਨੂੰ ਦਫਨਾ ਦਿਓ ਸਾਇਦ ਤੇ ਲਜਾ ਕੋਈ ਪੁਰਾਣੇ ਬਾਤ ਨੂੰ ਸਰਿਆਮ ਰੂਦੀ ਦੇ ਸਾਹਮਣੇ ਅੱਗ ਪੈ ਲਾਉਂਦੇ ਹੋ ਲਾਹਦੀ ਲਾਨਤ ਇਸ ਪ੍ਰਿੰਸੀਪਲ ਤੇ ਪੀਆਂਗੇ ਮੁਸਲਮ ਦੂਜਾ ਦਾਰੀ ਹਰਕਮ ਦੇ ਨਾਂ ਦਿੱਤੇ ਇੰਤਹਾਈ ਜ਼ਿਆਦਾ